ਦੀ ਪਿੰਡ ਭੋਗੀਵਾਲ ਵਿਖੋਂ ਮਾਸਟਰ ਮੋਟੀਵੇਟਰਾਂ ਦਾ ਦਿਨ ਰਾਤ ਦਾ ਧਰਨਾ 8ਵੇਂ ਦਿਨ ਜਾਰੀ ਰਿਹਾ। ਅੱਜ ਜਦੋਂ ਮੋਟੀਵੇਟਰ ਇਕੱਠੇ ਹੋਏ ਤੇ ਸਥਾਨਕ ਰਾਣੀ ਪੈਲਸ ਵਿੱਚ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਰਹਿਨੁਮਾਈ ਹੇਠ ਹੋ ਰਹੇ ਇੱਕ ਪ੍ਰੋਗਰਾਮ ਵਿੱਚ ਮੰਤਰੀ ਦਾ ਘਿਰਾਓ ਕਰਨ ਲਈ ਆਪਣੇ ਧਰਨੇ ਤੋਂ ਚੱਲੇ ਤਾਂ ਇਸ ਦੀ ਭਣਕ ਮੈਡਮ ਰਜੀਆ ਸੁਲਤਾਨਾ ਨੂੰ ਪੈ ਗਈ ਤਾਂ ਭਾਰੀ ਫੋਰਸ ਭੇਜ ਕੇ ਧਰਨਾਕਾਰੀਆਂ ਨੂੰ ਲੁਧਿਆਣਾ ਬਾਈਪਾਸ ਤੇ ਹੀ ਰੋਕ ਲਿਆ। ਵੱਡੀ ਗਿਣਤੀ 'ਚ ਫੋਰਸ ਹੋਣ ਕਾਰਨ ਧਰਨਾਕਾਰੀਆਂ ਵਿਰੋਧ ਨਹੀਂ ਕਰ ਸਕੇ। ਇਸ ਦੇ ਉਲਟ ਪੁਲਿਸ ਨੇ ਧਰਨਾਕਾਰੀਆਂ ਨੂੰ ਰਾਣੀ ਪੈਲਸ ਵਿਖੋਂ ਮੰਤਰੀ ਨੂੰ ਮਿਲਾਉਣ ਦੀ ਬਜਾਏ ਉਹਨਾਂ ਨੂੰ ਬਾਈਪਾਸ ਦੀ 786 ਚੌਂਕ ਹੈਦਰ ਸ਼ੇਖ ਨਾਲ ਲਾਲ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੇ ਹੋਰ ਬਾਜ਼ਾਰਾਂ ਵਿੱਚ ਦੀ ਘੁਮਾ ਕੇ ਵਾਪਸ ਧਰਨੇ ਵਾਲੀ ਜਗ੍ਹਾ 'ਤੇ ਛੱਡ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਅੱਜ ਫਿਰ ਸ਼ਹਿਰ ਦੀ ਬਾਜ਼ਾਰਾਂ 'ਚ ਭੀਖ ਮੰਗੀ। ਅੱਜ ਸਾਡਾ 9ਵਾਂ ਦਿਨ ਹੈ ਪ੍ਰੋਜੈਕਟ ਨੂੰ ਅਸੀਂ ਲਗਾਤਾਰ ਕਰ ਰਹੇ ਹਾਂ। ਅਸੀਂ ਮੰਗਾਂ ਪੰਜਾਬ ਸਰਕਾਰ ਤੋਂ ਇੱਕੋ ਮੰਗ ਕਰਦੇ ਹਾਂ ਕਿ ਸਾਡੀ ਹੁਣ ਤਨਖਾਹ ਦਿੱਤੀ ਜਾਵੇ ਮਹੀਨੇ ਦੀ, ਹੋਰ ਸਾਡੀ ਕੋਈ ਮੰਗ ਨਹੀਂ ਆ, ਸਾਨੂੰ ਮਹੀਨੇ ਵਾਈਜ਼ ਤਨਖਾਹ ਦਿੱਤੀ ਜਾਵੇ, ਅਸੀਂ ਹੋਰ ਕੁਛ ਨਹੀਂ ਮੰਗਦੇ ਪਿਆ। ਅਸੀਂ 7 ਦਿਨ ਹੋ ਗਏ ਟੈਂਕੀ ਚੜ੍ਹੇ ਨੂੰ, 2 ਦਿਨ ਪਹਿਲਾਂ ਰਜੀਆ ਸੁਲਤਾਨਾ ਦੇ ਘਰ ਬੈਠੇ ਸੀ, 7 ਰਾਤਾਂ ਸਾਨੂੰ ਟੈਂਕੀ 'ਚ ਹੋ ਗਈਆਂ। ਇਹ ਅਸੀਂ ਹਰ ਰੋਜ਼ ਭੀਖ ਮੰਗਦੇ ਹਾਂ ਗਲੀਆਂ ਦੇ ਵਿੱਚ ਜਾ ਕੇ, ਔਰ ਪੰਜਾਬ ਸਰਕਾਰ ਨੂੰ ਪੇਂਟ ਕਰਨੀ ਆ ਵੀ ਤੁਸੀਂ ਤਾਂ ਸਾਨੂੰ ਤਨਖਾਹ ਨਹੀਂ ਦੇ ਸਕਦੇ, ਅਸੀਂ ਤੁਹਾਨੂੰ ਮੰਗ ਕੇ ਖਜ਼ਾਨਾ ਭਰਦੇ ਹਾਂ, ਤੁਹਾਡਾ ਪੈਸਾ ਦਿੰਦੇ ਹਾਂ।